ਸਵਾਮੀ ਵਿਵੇਕਾਨੰਦ ਹਸਪਤਾਲ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਹੱਡੀਆਂ ਦੀਆਂ ਬਿਮਾਰੀਆਂ ਨਾਲ ਸੰਬੰਧਿਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਡਾਕਟਰ ਗੌਤਮ ਅਰੋੜਾ, ਡਾਕਟਰ ਰਜਨੀਸ਼ ਤਿਆਗੀ, ਡਾਕਟਰ ਆਇਨਾ, ਡਾਕਟਰ ਅਸ਼ਨੀਤ, ਡਾਕਟਰ ਰਿਤੂ, ਡਾਕਟਰ ਰਜਿੰਦਰਪਾਲ ਪੰਡੇਰ, ਡਾਕਟਰ ਪ੍ਰਭਲੀਨ ਵੱਲੋਂ ਮਰੀਜ਼ਾਂ ਨੂੰ ਚੈੱਕਅਪ ਕਰਕੇ ਲੋੜੀਂਦੀਆਂ ਦਵਾਈਆਂ ਤੋਂ ਇਲਾਵਾ ਆਉਣ ਵਾਲੇ ਸਮੇਂ ਵਿੱਚ ਇਹਨਾਂ ਬਿਮਾਰੀਆਂ ਦੇ ਬਚਾਓ ਲਈ ਗਿਆਨ ਭਰਪੂਰ ਜਾਣਕਾਰੀ ਦਿੱਤੀ ਗਈ। ਡਾਕਟਰ ਗੌਤਮ ਅਰੋੜਾ ਅਤੇ ਡਾਕਟਰ ਰਜਨੀਸ਼ ਤਿਆਗੀ ਨੇ ਕਿਹਾ ਕਿ ਸਾਨੂੰ ਹਮੇਸ਼ਾ ਹੀ ਆਪਣੀ ਬਿਮਾਰੀ ਦਾ ਇਲਾਜ ਸੰਬੰਧਿਤ ਮਾਹਿਰ ਡਾਕਟਰਾਂ ਤੋਂ ਹੀ ਕਰਵਾਉਣਾ ਚਾਹੀਦਾ ਹੈ ਤਾਂ ਜੋ ਬਿਮਾਰੀ ਵਧਣ ਤੋਂ ਬਚਾਇਆ ਜਾ ਸਕੇ। ਅੱਜ ਅਸੀਂ ਇੱਥੇ ਸਵਾਮੀ ਵਿਵੇਕਾਨੰਦ ਹੋਸਪਿਟਲ ਦੇ ਵਿੱਚ ਫ੍ਰੀ ਮੈਡੀਕਲ ਚੈੱਕਅਪ ਕੈਂਪ ਔਰਗਨਾਈਜ਼ ਕੀਤਾ, ਜਿਹਦੇ ਵਿੱਚ ਅਲੱਗ ਅਲੱਗ ਸੁਵਿਧਾਵਾਂ ਫ੍ਰੀ ਦੇ ਵਿੱਚ ਕੀਤੀਆਂ ਗਈਆਂ ਹੈ। BMD ਟੈਸਟ, ਸ਼ੂਗਰ ਟੈਸਟ, ਨਿਊਰੋਪੈਥੀ ਟੈਸਟ, ਡੈਂਟਲ ਚੈੱਕਅਪ ਫ੍ਰੀ ਹੋਇਆ ਹੈ, ਮੈਡੀਕਲ ਕੰਸਲਟੇਸ਼ਨ ਵੀ ਫ੍ਰੀ ਹੋਈ ਹੈ ਅਤੇ ਲਗਭਗ 300 ਮਰੀਜ਼ਾਂ ਦਾ ਅਸੀਂ ਚੈੱਕਅਪ ਫ੍ਰੀ ਕੀਤਾ। ਇਹ ਦੁਪਹਿਰ 2 ਵਜੇ ਤੱਕ ਸਾਡਾ ਕੈਂਪ ਚਾਲੂ ਰਹੇਗਾ। ਜਿਹੜੇ ਮਰੀਜ਼ ਚਾਹੁੰਦੇ ਨੇ, ਕੋਈ ਆਪਣਾ ਕੰਸਲਟੇਸ਼ਨ ਕਰਨਾ ਚਾਹੁੰਦੇ ਹੈ ਜਾਂ ਕੋਈ ਚੈੱਕਅਪ ਕਰਾਉਣਾ ਚਾਹੁੰਦੇ ਹੈ ਜਾਂ ਕੋਈ ਟੈਸਟ ਕਰਾਉਣਾ ਚਾਹੁੰਦੇ ਹੈ, ਉਹਨਾਂ ਨੂੰ ਸੁਵਿਧਾ ਜਿਹੜੀਆਂ ਫ੍ਰੀ ਹੈਗੀਆਂ ਉਹ ਵੀ ਫ੍ਰੀ ਦਿੱਤੀਆਂ ਜਾਣਗੀਆਂ ਅਤੇ ਜਿਹੜੇ ਬਲੱਡ ਟੈਸਟ ਹੈਗੇ ਆ ਉਹ ਵੀ ਸਬਸਿਡਾਈਜ਼ ਰੇਟ 'ਤੇ, ਲੈਸ ਕਰਕੇ ਰੇਟ 'ਤੇ ਉਹਨਾਂ ਨੂੰ ਦਿੱਤਾ ਜਾਏਗਾ। ਅਸੀਂ ਲੋਕਾਂ ਨੂੰ ਇਹੀ ਐਡਵਾਈਸ ਕਰਾਂਗੇ ਕਿ ਉਹ ਜਿੱਥੇ ਵੀ ਜਾਣ ਕੰਸਲਟੇਸ਼ਨ ਲੈਣ, ਇੱਕ ਪ੍ਰੋਪਰ ਕੁਆਲੀਫਾਈਡ ਡਾਕਟਰ ਤੋਂ ਹੀ ਕੰਸਲਟੇਸ਼ਨ ਲੈਣ ਅਤੇ ਜੋ ਐਡਵਾਈਸ ਦਿੱਤੀ ਜਾ ਰਹੀ ਹੈ ਉਹ ਇੱਕ ਟੈਕਨੀਕਲ ਐਡਵਾਈਸ ਹੁੰਦੀ ਹੈ ਅਤੇ ਉਹਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਨ ਜਿੰਨਾ ਹੋ ਸਕਦਾ ਹੈ। ਜੇ ਨਹੀਂ ਉਹਨਾਂ ਨੂੰ ਗੱਲ ਸਮਝ ਆ ਰਹੀ ਹੈ, ਬੈਟਰ ਹੈ ਕਿਸੇ ਦੂਸਰੇ ਡਾਕਟਰ ਕੋਲ ਜਾ ਕੇ, ਕੁਆਲੀਫਾਈਡ ਡਾਕਟਰ ਕੋਲ ਜਾ ਕੇ ਚੈੱਕਅਪ ਕਰਾਉਣ, ਨਾ ਕਿ ਕਿਤੇ ਇੱਧਰ ਉੱਧਰ ਜਿਹੜੇ ਅਨਕੁਆਲੀਫਾਈਡ ਕੁਐਕਸ ਬੈਠੇ ਨੇ ਉਹਨਾਂ ਤੋਂ ਜਿੰਨਾ ਹੋ ਸਕੇ ਬਚ ਸਕਦੇ ਨੇ, ਉਹਨਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾਵੇ। ਇਹ ਸਵਾਮੀ ਵਿਵੇਕਾਨੰਦ ਹੋਸਪਿਟਲ ਮਾਡਲ ਟਾਊਨ ਐਕਸਟੈਂਸ਼ਨ ਦੇ ਵਿੱਚ ਅੱਜ ਅਸੀਂ ਮੈਡੀਕਲ ਚੈੱਕਅਪ ਕੈਂਪ ਲਗਾਇਆ, ਜਿੱਥੇ ਮਰੀਜ਼ ਹਰ ਤਰ੍ਹਾਂ ਦੀ ਬਿਮਾਰੀਆਂ, ਮੈਡੀਸਨ ਦੀ, ਔਰਥੋ, ਡੈਂਟਲ, ਸਾਰੀ ਬਿਮਾਰੀਆਂ ਦੇ ਮਰੀਜ਼ਾਂ ਨੂੰ ਫ੍ਰੀ ਚੈੱਕਅਪ ਕੀਤਾ ਜਾ ਰਿਹਾ ਹੈ। ਉਹਨਾਂ ਦੇ ਟੈਸਟ, ਐਕਸਰੇ ਵਗੈਰਾ ਘੱਟ ਰੇਟਾਂ 'ਤੇ ਕਰਾਏ ਜਾ ਰਹੇ ਨੇ। ਕੁਝ ਸਹੂਲਤਾਂ ਅਸੀਂ ਬਿਲਕੁਲ ਫ੍ਰੀ ਆਫ ਕੋਸਟ ਰੱਖੀਆਂ, ਜਿਹਦੇ ਵਿੱਚ BMD ਸਕੈਨ ਹੈ ਜਿਹੜਾ ਕਿ ਹੱਡੀਆਂ ਦੇ ਕੈਲਸ਼ੀਅਮ ਦੀ ਜਾਂਚ ਹੁੰਦੀ ਹੈ, ਉਹਦੇ 'ਚ ਹੱਡੀਆਂ ਦੇ ਕੈਲਸ਼ੀਅਮ ਦਾ ਪਤਾ ਲੱਗਦਾ ਹੈ, ਉਹ 1500 ਦਾ ਟੈਸਟ ਅਸੀਂ ਫ੍ਰੀ ਕਰ ਰਹੇ ਹਾਂ। ਮਰੀਜ਼ਾਂ ਦੇ ਸ਼ੂਗਰ ਦੀ ਜਾਂਚ ਫ੍ਰੀ ਕਰਦੇ ਪਏ ਹਾਂ ਅੱਜ। ਬਲੱਡ ਟੈਸਟ ਜਿਹੜੇ ਬਾਕੀ ਨੇ ਉਹਨਾਂ ਦੇ ਵਿੱਚ ਡਿਸਕਾਊਂਟ ਰੇਟ ਕੀਤੇ ਹੋਏ ਨੇ, ਔਰ ਐਕਸਰੇ ਵੀ ਡਿਸਕਾਊਂਟ ਰੇਟ 'ਤੇ ਕਰ ਰਹੇ ਹਾਂ। ਇਸ ਅਸੀਂ ਕਰੀਬ ਹੁਣ 12 ਵਜੇ ਦੇ ਤੱਕ 250-300 ਪੇਸ਼ੈਂਟ ਦੇਖ ਚੁੱਕੇ ਹਾਂ, ਜਿਨ੍ਹਾਂ ਦੇ ਵਿੱਚੋਂ ਪੇਸ਼ੈਂਟ ਨੂੰ ਅਸੀਂ ਬਿਮਾਰੀਆਂ ਡਾਇਗਨੋਸ ਕਰਕੇ ਨਾਲ ਫ੍ਰੀ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ, ਔਰ ਜਿਹੜੇ ਸਰਜਰੀ ਜਾਂ ਹੋਰ ਪ੍ਰੋਸੀਜਰ ਵਾਲੇ ਪੇਸ਼ੈਂਟ ਹੈ ਜਿਨ੍ਹਾਂ ਨੂੰ ਕਿਸੇ ਆਪਰੇਸ਼ਨ ਦੀ ਲੋੜ ਹੈ, ਉਹ ਸਾਰੇ ਪੇਸ਼ੈਂਟ ਅਸੀਂ ਰਜਿਸਟਰ ਕਰਕੇ ਉਹਨਾਂ ਦੇ ਪ੍ਰੋਸੀਜਰ ਡਿਸਕਾਊਂਟਡ ਰੇਟ 'ਤੇ ਕਰਾਂਗੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਕਮਲਜੀਤ ਗਰਚਾ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।